ਮੈਂ ਹਾ ਕੁਵਰਜੋਤ ਸਿੰਘ ਭਾਰਤ ਸਰਕਾਰ ਨੇ ਤੁਹਾਨੂੰ ਗੱਲ ਦੱਸਦੀ ਹੈ 24 ਕਰੋੜ ਲੋਕਾਂ ਦੇ ਬੈਂਕ ਅਕਾਊਂਟਸ ਵਿੱਚ ਪੈਸੇ ਪਵਾ ਦਿੱਤੇ ਆ ਅਤੇ ਤੁਸੀਂ ਵੀ ਇਸ ਨੂੰ ਹੁਣੇ ਹੀ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਗੱਲ ਦੱਸੀ ਹੈ ਤੁਹਾਡੇ ਨੰਬਰ ਵੀ ਤੁਹਾਨੂੰ ਦੱਸ ਦਿੰਦੇ ਆ ਵੀ ਨੰਬਰ ਕੀ ਹੈ ਉਸ ਦੇ ਰਾਹੀਂ ਤੁਸੀਂ ਚੈੱਕ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਮਿਸਟ ਕਾਲ ਵੀ ਦੇ ਸਕਦੇ ਹੋ ਮਿਸਟ ਕਾਲ ਦਿੰਦੇ ਹੋ ਤਾਂ ਤੁਹਾਨੂੰ ਉਸੇ ਟਾਈਮ ਰਿਵਰਟ ਆ ਜਾਏਗਾ ਰਿਵਰਟ ਕਾਲ ਆ ਜਾਏਗੀ ਕਿ ਕਿਸੇ ਸਾਮਨਾ ਤੁਹਾਡੇ ਅਕਾਊਂਟ ਚ ਪੈਸੇ ਪਏ ਨੇ ਕਿ ਨਹੀਂ ਪਏ 24 ਕਰੋੜ ਲੋਕਾਂ ਦੇ ਅਕਾਊਂਟ ਚ ਪੈਸੇ ਪੁਆਏ ਗਏ ਨੇ ਹੁਣ ਤਾਂ ਦੱਸ ਦਿੰਦੇ ਆ ਨੰਬਰ ਇਸ ਸਮੇਂ ਸਕਰੀਨ ਤੇ ਤੁਹਾਨੂੰ ਸ਼ੋ ਹੋ ਰਿਹਾ ਹੈਗਾ 01122901406 ਐਸ ਨੰਬਰ ਤੇ ਤੁਸੀਂ ਕਾਲ ਕਰੋ ਅਤੇ ਸਾਨੂੰ ਹੁਣੇ ਕਮੈਂਟਾਂ ਜੁੜੋ ਹੁਣੇ ਸੋ ਸਾਨੂੰ ਵੀ ਕੀ ਤੁਹਾਡੇ ਅਕਾਊਂਟ ਚ ਪੈਸੇ ਆਏ ਨੇ ਕਿ ਨਹੀਂ ਆਏ ਗੱਲ ਸਭ ਤੋਂ ਵੱਡੀ ਇਹ ਆਂਦੀ ਆ ਹੁਣ ਜੇ ਗੱਲ ਕਰੀਏ ਤਾਂ ਸਰਕਾਰ ਨੇ ਪੈਸੇ ਪਾ ਦਿੱਤੇ ਨੇ ਪੈਸੇ ਪਾ ਦਿੱਤੇ ਨੇ ਵੱਡੀ ਗੱਲ ਇਹ ਆਂਦੀ ਆ ਵੀ ਹੁਣ ਪੈਸੇ ਪਾ ਦਿੱਤੇ ਹੋਏ ਨੇ ਅਕਾਊਂਟਾਂ ਦੇ ਵਿੱਚ ਪੈਸੇ ਆ ਚੁੱਕੇ ਹੋਏ ਆ 24 ਕਰੋੜ ਅਕਾਊਂਟਾਂ ਦੇ ਵਿੱਚ ਪੈਸੇ ਆਏ ਨੇ ਕਿਉਂਕਿ ਜੇ ਪੰਜਾਬ ਦੀ ਗੱਲ ਕਰੀਏ ਤੇ ਭਾਰਤ ਪਰ ਦੀ ਗੱਲ ਕਰੀਏ ਤਾਂ ਕਾਫੀ ਲੋਕ ਨੇ ਜਿਹੜੇ ਅਕਾਊਂਟ ਥਰੂ ਟਰਾਂਸਫਰ ਕਰਦੇ ਨੇ ਤੇ ਉਹਨਾਂ ਦੇ ਅਕਾਊਂਟਾਂ ਚ ਪੈਸੇ ਇਸ ਸਮੇਂ ਆ ਚੁੱਕੇ ਨਹੀਂ ਤੇ ਜੇ ਤੁਸੀਂ ਕਾਲ ਨਹੀਂ ਕਰਨਾ ਚਾਹੁੰਦੇ ਤਾਂ ਮੈਸੇਜ RAI ਵੀ ਤੁਸੀਂ ਜਾਣਕਾਰੀ ਸਾਰੀ ਲੈ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੁਸੀਂ 7738299899 ਤੇ ਕਾਲ ਕਰ ਸਕਦੇ ਹੋ ਤੁਸੀਂ ਕਾਲ ਕਰ ਸਕਦੇ ਹੋ ਮਾਫ ਕਰਨਾ ਜੀ ਤੁਸੀਂ ਮੈਸੇਜ ਕਰ ਸਕਦੇ ਹੋ ਮੈਸੇਜ ਤੁਹਾਨੂੰ ਇਹ ਲਿਖਣਾ ਪਵੇਗਾ ਨਾਲ ਲੈਂਗੁਏਜ ਦੱਸਣੀ ਪਵੇਗੀ ਵੀ ਇੰਗਲਿਸ਼ ਹਿੰਦੀ ਵਿੱਚ ਤੁਸੀਂ ਕਿਸੇ ਰਿਵਾਰਡ ਲੈਣਾ ਚਾਹੁੰਦੇ ਹੋ ਤੁਹਾਨੂੰ ਕਿਹੜੀ ਪਾਸ਼ਾ ਕਹਿ ਸਕਦੇ ਹਾਂ ਸੌਖੀ ਲੱਗਦੀ ਹੈ ਜਿਸ ਇਸ ਤੁਸੀਂ ਰਿਵਾਰਡ ਲੈਣਾ ਚਾਹੁੰਦੇ ਹੋ ਪਰ ਸਭ ਤੋਂ ਵੱਡੀ ਗੱਲ ਹੁਣ ਭਾਰਤ ਸਰਕਾਰ ਦੀ ਇਹ ਆਂਦੀ ਹੈ 24 ਕਰੋੜ ਅਕਾਊਂਟ ਦੇ ਵਿੱਚ ਉਹਨਾਂ ਨੇ ਪੈਸੇ ਪਾ ਦਿੱਤੇ ਇਹ ਨਹੀਂ ਗੱਲ ਵੀ ਪੈਸੇ ਆਣ ਵਾਲੇ ਆ ਪੈਸੇ ਪੈ ਚੁੱਕੇ ਹੋਏ ਆ ਤੇ ਤੁਸੀਂ ਇਸ ਤਰੀਕੇ ਨਾਲ ਜਾਂ ਤਾਂ ਕਾਲ ਕਰ ਸਕਦੇ ਹੋ ਜਾਂ ਮੈਸੇਜ ਥਰੂ ਚੈੱਕ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਚੈੱਕ ਇਹਨਾਂ ਦੇ ਥਰੂ ਵੀ ਨਹੀਂ ਕਰਨੀ ਹੋਰ ਸੌਖਾ ਕੰਮ ਕਰਨਾ ਤਾਂ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਜੋ ਮੈਸੇਜ ਗੱਲ ਕਰੀਏ ਵੈਬਸਾਈਟ ਤੇ ਵੀ ਜਾ ਕੇ ਵੈਬ ਪੋਰਟਲ ਤੇ ਵੀ ਜਾ ਕੇ ਔਨਲਾਈਨ ਵੀ ਜਾ ਕੇ ਇਸ ਨੂੰ ਚੈੱਕ ਕਰ ਸਕਦੇ ਹੋ ਤੁਸੀਂ ਸਿਰਫ ਡਾਊਨਲੋਡ ਕਰਨਾ ভিউ ਪਾਸ ਬੁੱਕ ভিউ ਪਾਸ ਬੁੱਕ ਤੁਸੀਂ ਡਾਊਨਲੋਡ ਕਰਨਾ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਵੈਬ ਪੋਰਟਲ ਵੀ ਆ ਜਾਂਦਾ ਐਪ ਵੀ ਆ ਜਾਂਦੀ ਹੈ ਉੱਤੇ ਜਾ ਕੇ ਵੀ ਚੈਕਿੰਗ ਕੀਤੀ ਜਾ ਸਕਦੀ ਹੈ ਹੁਣ ਕਮੈਂਟਾਂ ਰਾਹੀਂ ਸਾਨੂੰ ਦੱਸੋ ਵੀ ਕੀ ਤੁਹਾਡੇ ਅਕਾਊਂਟਾਂ ਵਿੱਚ ਪੈਸੇ ਆਏ ਨੇ ਹੁਣ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਇੱਕ ਵਾਰੀ ਫੇਰ ਤੁਹਾਨੂੰ ਨੰਬਰ ਦੱਸ ਦਿੰਦਾ ਵੀ 01122901406 ਦੇ ਤਹਿਤ ਤੁਸੀਂ ਹੁਣੇ ਜੇ ਕਾਲ ਕਰੋਗੇ ਜੇ ਤੁਹਾਡਾ ਕੋਈ ਕਾਲ ਨਹੀਂ ਚੱਕਦਾ ਤਾਂ ਤੁਹਾਨੂੰ ਰਿਵਰਟ ਵੀ ਆ ਜਾਊਗਾ ਰਿਵਰਟ ਤੁਹਾਨੂੰ ਜਾਂ ਤਾਂ ਮੈਸੇਜ ਆਏਗਾ ਜਾਂ ਕਾਲ ਆ ਜਾਈਗੀ ਤੁਸੀਂ ਉੱਥੇ ਗੱਲ ਕਰ ਸਕਦੇ ਹੋ ਆਪਣੀ ਪੂਰੀ ਜਾਣਕਾਰੀ ਲੈ ਸਕਦੇ ਹੋ ਕਿ ਤੁਹਾਡੇ ਅਕਾਊਂਟ 'ਚ ਵੀ ਤੁਹਾਡਾ ਕਿੱਥੇ ਉਹ ਵੀ ਅਕਾਊਂਟ ਨਹੀਂ ਹੈ ਨਾ 24 ਕਰੋੜ ਦੇ ਵਿੱਚ ਕਿੱਥੇ ਤੁਹਾਡਾ ਅਕਾਊਂਟ ਤਾਂ ਨਹੀਂ ਤੁਹਾਡੇ ਅਕਾਊਂਟ 'ਚ ਤਾਂ ਨਹੀਂ ਪੈਸੇ ਆ ਗਏ ਹੁਣ ਤੁਹਾਨੂੰ ਦੱਸ ਦਿੰਨੇ ਆ ਵੀ ਕਿਸ ਤਰੀਕੇ ਨਾਲ ਪੈਸੇ ਆਏ ਕਿਸ ਤਰੀਕੇ ਨਾਲ ਜੇ ਗੱਲ ਕਰੀਏ 8.50% ਦੀ ਦਰ ਨਾਲ ਇਸ ਪੈਸੇ ਜਿਹੜੇ ਨੇ ਟਰਾਂਸਫਰ ਕੀਤੇ ਗਏ ਐ ਈਪੀਐਫ ਦੇਹ ਦੇ ਤਰਾਂਸਫਰ ਕੀਤੇ ਗਏ ਜਿਵੇਂ ਕਿ ਕਈ ਲੋਕ ਹੁੰਦੇ ਆ ਸਰਕਾਰੀ ਅਦਾਰੇ ਚ ਕੰਮ ਕਰਦੇ ਆ ਪ੍ਰਾਈਵੇਟ ਅਦਾਰਿਆਂ ਚ ਕੰਮ ਕਰਦੇ ਆ ਸੋਸ ਦੇ ਤਹਿਤ ਉਹਨਾਂ ਦਾ ਪੀਐਫ ਆ ਚੁੱਕਾ ਹੋਇਆ 24 ਕਰੋੜ ਅਕਾਊਂਟਾਂ ਦੇ ਵਿੱਚ 24 ਕਰੋੜ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਇਹ ਪੈਸੇ ਆ ਚੁੱਕੇ ਹੋਏ ਨੇ ਤੇ ਤੁਸੀਂ ਜੇ ਚੈੱਕ ਕਰਨਾ ਚਾਹੁੰਦੇ ਹੋ ਤਾਂ ਚੈੱਕ ਕਰ ਸਕਦੇ ਹੋ ਨੰਬਰ ਤੁਹਾਡੇ ਸਕ੍ਰੀਨ ਤੇ ਐਸਵੇਂ ਤੁਹਾਨੂੰ ਸ਼ੋ ਹੋ ਰਹੇ ਨੇ ਵੀ ਕਿਸ ਤਰੀਕੇ ਨਾਲ ਚੈਕਿੰਗ ਹੋ ਸਕਦੀ ਆ ਮੈਸੇਜ ਭੇਜ ਕੇ ਵੀ ਚੈੱਕ ਕਰ ਸਕਦੇ ਹੋ ਕਾਲ ਵੀ ਚੈੱਕ ਕਰ ਸਕਦੇ ਹੋ ਤੇ ਹੱਬ ਤੋਂ ਵੱਡੀ ਗੱਲ ਕਰੀਏ ਵੈਬ ਪੋਰਟਲ ਤੇ ਜਾ ਕੇ ਵੀ ਤੁਸੀਂ ਸਰਚ ਕਰ ਸਕਦੇ ਹੋ ਤੇ ਐਪ ਤੁਹਾਨੂੰ ਦੱਸ ਦਈਏ ਵੀ EPF ਉਹਦੀ ਜਿਹੜੀ ਐਪ ਆ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਉੱਥੇ ਆਪਣੀ ਪਾਸਬੁੱਕ ਦੇਖ ਸਕਦੇ ਹੋ ਤੁਹਾਨੂੰ ਬਸ ਐਪ ਤੁਹਾਨੂੰ ਜਾ ਕੇ ਪਲੇ ਸਟੋਰ ਤੇ ਜਾਂ ਜਿਹੜੇ ਐਪ ਸਟੋਰ ਕਾਫੀ ਯੂਜ਼ ਕਰਦੇ ਆ ਉੱਥੇ ਈਪੀਐਫ ਉਹਦੀ ਐਪ ਡਾਊਨਲੋਡ ਕਰਨੀ ਪਵੇਗੀ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਤੁਹਾਡੇ ਅਕਾਊਂਟ 'ਚ ਪੈਸੇ ਆਏ ਆ ਕਿ ਨਹੀਂ ਆਏ ਹੁਣੇ ਜਿਵੇਂ बार-बार ਤੁਹਾਨੂੰ ਨੰਬਰ ਸ਼ੋਅ ਕਰ ਰਹੇ ਆ ਇੱਕ ਵਾਰੀ ਫੇਰ ਤੁਹਾਨੂੰ ਉਹ ਨੰਬਰ ਦੱਸ ਦਿੰਦੇ ਆ ਵੀ ਉਹ ਨੰਬਰ ਕੀ ਆ 01122901406 ਇਸਤੇ ਹੁਣੇ ਕਾਲ ਕਰੋ ਅਤੇ ਹੁਣੇ ਸਾਨੂੰ ਦੱਸੋ ਕਮੈਂਟਾਂ ਦੇ ਰਾਹੀਂ ਸਾਨੂੰ ਦੱਸੋ ਵੀ ਕੀ ਹਾਂ ਤੁਹਾਡੇ ਅਕਾਊਂਟਾਂ ਵਿੱਚ ਵੀ ਪੈਸੇ ਆ ਚੁੱਕੇ ਹੋਏ ਆ ਕਿ ਸਰਕਾਰ ਨੇ ਤੁਹਾਡੇ ਅਕਾਊਂਟਾਂ ਵਿੱਚ ਵੀ ਪੈਸੇ ਪਾ ਦਿੱਤੇ ਆ ਹੁਣ ਸਭ ਤੋਂ ਵੱਡੀ ਗੱਲ ਇਹ ਆਂਦੀ ਹੈ ਵੀ ਪੈਸੇ ਤੁਸੀਂ ਤੁਹਾਨੂੰ ਇਸ ਸਮੇਂ ਸਕਰੀਨ ਤੇ ਵੀ ਦੇਖ ਰਹੇ ਹੋ ਅਤੇ ਸਭ ਤੋਂ ਵੱਡੀ ਗੱਲ ਹੈ ਬਈ ਚੋਰੀ 24 ਕਰੋੜ ਤੋਂ 24 ਕਰੋੜ ਤੋਂ ਵੱਧ ਅਕਾਊਂਟਾਂ ਵਿੱਚ ਲੋਕਾਂ ਦੇ ਅਕਾਊਂਟਾਂ ਵਿੱਚ ਪੈਸੇ ਆ ਚੁੱਕੇ ਨੇ ਅਤੇ ਤੁਸੀਂ ਜੋ ਹੈ ਵੈਬ ਪੋਰਟਲ ਦੇ ਥਰੂ ਵੀ ਜੇ ਤੁਸੀਂ ਮੈਸੇਜ ਮੈਸੇਜ ਕਰਦੇ ਹੋ ਤਾਂ ਠੀਕ ਹੈ ਜੇ ਤੁਹਾਨੂੰ ਮੈਸੇਜ ਔਖਾ ਲੱਗਦਾ ਕੁਝ ਵੀ ਕਰਨਾ ਔਖਾ ਲੱਗਦਾ ਤਾਂ ਸਿਰਫ ਤੁਸੀਂ ਵੈਬ ਪੋਰਟਲ ਤੇ ਜਾਣਾ ਐਪੀਐਫਓ ਦੇ ਵੈਬ ਪੋਰਟਲ ਤੇ ਜਾਣਾ ਜਾਂ ਤੁਸੀਂ ਜਾ ਕੇ ਐਪ ਸਟੋਰ ਤੇ ਏディ ਜੇ ਕੋ ਕਹ ਸਕਦੇ ਆ ਐਪ ਡਾਊਨਲੋਡ ਕਰਨੀ ਹੈ ਉਸ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇਗੀ ਅਤੇ ਜੇ ਤੁਸੀ ਮੈਸੇਜ ਭੇਜਣਾ ਜੇ ਤੁਹਾਨੂੰ ਇੰਗਲਿਸ਼ ਵਿੱਚ ਮੈਸੇਜ ਭੇਜਣਾ ਔਖਾ ਲੱਗਦਾ ਹੈ ਜਾਂ ਕਈ ਲੋਕ ਗੱਲ ਕਰੀਏ ਕਈ ਭਾਰਤ ਦੇ ਲੋਕ ਹੈ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਹਿੰਦੀ ਸਮਝਣ ਚ ਵੀ ਥੋੜੀ ਜੀ ਔਖਾਈ ਆ ਜਾਂਦੀ ਹੈ ਤਾਂ ਉਹ ਇੰਗਲਿਸ਼ ਵਿੱਚ ਵੀ ਮੈਸੇਜ ਜੋ ਹੈ ਰਿਵਰਟ ਲੈ ਸਕਦੇ ਆ ਸਿਰਫ ਉਹਨਾਂ ਨੇ 7738299899 ਤੇ ਮੈਸੇਜ ਭੇਜਣਾ ਅਤੇ ਨਾਲ ਭਾਸ਼ਾ ਦੱਸਣੀ ਆ ਆਪਣੀ ਭਾਸ਼ਾ ਦੱਸਣੀ ਆ ਵੀ ਇੰਗਲਿਸ਼ ਚ ਯਾ ਹਿੰਦੀ ਚ a ਮੈਸੇਜ ਤੁਸੀਂ ਜੋ ਲਿਖੋਗੇ ਟੈਕਸਟ ਲਿਖੋਗੇ ਇੰਗਲਿਸ਼ ਅਤੇ ਹਿੰਦੀ ਯਾ ENG ਲਿਖੋ ਯਾ HIN ਲਿਖੋ ਇਹਨਾਂ ਤੇ ਤੁਹਾਨੂੰ ਜੋ ਹੈ ਰਿਵਰਟ ਆ ਜਾਏਗਾ ਹਿੰਦੀ ਦੇ ਵਿੱਚ ਤੁਹਾਨੂੰ ਜਾਣਕਾਰੀ ਆ ਜਾਏਗੀ ਜੇ ਇੰਗਲਿਸ਼ ਕਰੋਗੇ ENG ਦਬੋਗੇ ਤਾਂ ਇੰਗਲਿਸ਼ ਦੇ ਵਿੱਚ ਤੁਹਾਨੂੰ ਜਾਣਕਾਰੀ ਆ ਜਾਏਗੀ ਅਤੇ ਤੁਸੀਂ ਵੀ ਦੱਸ ਸਕਦੇ ਹੋ ਕਮੈਂਟ ਕਰਾਂਗੇ ਸਾਨੂੰ ਹੁਣ ਤੁਸੀਂ ਵੀ ਦੱਸ ਸਕਦੇ ਹੋ ਕਿ ਤੁਹਾਡੇ ਅਕਾਊਂਟ ਚ PF ਤੁਹਾਡਾ EPF ਆ ਚੁੱਕਾ ਹੈ ਸਰਕਾਰ ਨੇ EPF ਬੇਸ ਦਿੱਤਾ ਹੈ ਅੱਜ ਪੀਐਫ ਗੱਲ ਕਰੀਏ ਸਰਕਾਰੀ ਅਦਾਰਿਆਂ ਤੇ ਪ੍ਰਾਈਵੇਟ ਅਦਾਰਿਆਂ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਕਾਫੀ ਲੋਕ ਕੰਮ ਕਰਦੇ ਆ ਪ੍ਰਾਈਵੇਟ ਅਦਾਰੇ ਚ ਵੀ ਸਰਕਾਰੀ ਅਦਾਰਿਆਂ ਚ ਵੀ ਉਸ ਦੇ ਤਹਿਤ ਜਿਹੜਾ ਪੀਐਫ ਕੱਟਿਆ ਜਾਂਦਾ ਉਹ ਇਸ ਸਮੇਂ ਅਕਾਊਂਟਾਂ ਦੇ ਵਿੱਚ ਆ ਚੁੱਕਾ ਹੈ ਗੱਲ ਕਰੀਏ ਸਾਲ 2020 ਅਤੇ 2021 ਦਾ ਜਿਹੜਾ PF ਹੈ ਉਹ ਆ ਚੁੱਕਾ ਹੈ ਕਿਉਂਕਿ ਨਵਾਂ ਸਾਲ ਤੁਹਾਨੂੰ ਪਤਾ ਹੀ ਹੈ ਵੀ ਸ਼ੁਰੂ ਹੋ ਚੁੱਕਾ ਹੈ ਸੋ ਉਸ ਦੇ ਤਹਿਤ PF ਜਿਹੜਾ ਹੈ ਉਹ ਕਾਊਂਟਾਂ ਵਿੱਚ ਇਸ ਸਮੇਂ ਆ ਚੁੱਕਾ ਹੈ ਅਤੇ ਤੁਸੀਂ ਇਸ ਦੇ ਤਹਿਤ ਤੁਹਾਨੂੰ ਇਹ ਵੀ ਗੱਲ ਦੱਸਦੀ हूं ਤੁਸੀਂ ਸਰਚ ਵੀ ਕਰ ਸਕਦੇ ਹੋ ਤੁਸੀਂ ਜਿਹੜੇ ਸਕਰੀਨ ਤੇ ਨੰਬਰ ਚੱਲ ਰਿਹਾ ਉਹਨਾਂ ਤੇ ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਤੁਹਾਨੂੰ ਪ੍ਰੋਪਰਲੀ ਸਭ ਕੁਝ ਮੈਂਸ਼ਨ ਸਭ ਕੁਝ ਜਾਣਕਾਰੀ ਤੁਹਾਨੂੰ ਮਿਲ ਜੇਗੀ ਵੀ ਕਿਸ ਤਰੀਕੇ ਨਾਲ ਤੁਹਾਡੇ ਅਕਾਊਂਟ 'ਚ ਪੈਸੇ ਆ ਚੁੱਕੇ ਹੈ ਕਿ ਨਹੀਂ ਆ ਚੁੱਕੇ ਤੁਸੀਂ ਉਹਨਾਂ 24 ਕਰੋੜ ਵਿਅਕਤੀਆਂ ਵਿੱਚ ਹੈਗੇ ਹੋ ਕਿ ਨਹੀਂ ਹੈਗੇ ਜਿਨ੍ਹਾਂ ਦੇ ਅਕਾਊਂਟਾਂ ਵਿੱਚ ਪੈਸੇ ਆਏ ਆਣੋ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਜ਼ਰੂਰ ਕਈ ਲੋਕ ਕਹਿਣਗੇ ਵੀ ਸਾਡੇ ਅਕਾਊਂਟਾਂ 'ਚ ਸ਼ਾਇਦ ਪੈਸੇ ਨਹੀਂ ਆਏ ਪਰ ਤੁਸੀਂ ਚੈਕਿੰਗ ਵੀ ਪੂਰੇ ਤਰੀਕੇ ਨਾਲ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਦੱਸਤਾ ਹੈ ਵੀ ਪੀਐਫ ਜਿਹੜੇ ਲੋਕ ਕਟਾਉਂਦੇ ਆ ਸਰਕਾਰੀ ਅਦਾਰਿਆਂ 'ਚ ਪ੍ਰਾਈਵੇਟ ਅਦਾਰਿਆਂ 'ਚ ਉਹਨਾਂ ਦੇ ਅਕਾਊਂਟ 'ਚ 220 ਅਤੇ 221 ਦੇ ਤਹਿਤ ਜਿਹੜੇ ਪੀਐਫ ਕੱਟੇ ਸੀ ਉਸਦੇ ਖਾਤਿਆਂ ਦੇ ਵਿੱਚ ਹੁਣ ਪੈਸੇ ਆ ਚੁੱਕੇ ਆ ਸਰਕਾਰ ਨੇ ਪੈਸੇ ਭੇਜ ਦਿੱਤੇ ਆ ਤੇ ਇੱਕ ਹੋਰ ਵਾਰੀ ਤੁਹਾਨੂੰ ਨੰਬਰ ਦੱਸ ਦਿੰਦੇ ਆ ਤੇ ਦਰ ਵੀ ਤੁਹਾਨੂੰ ਦੱਸ ਦਿੰਦੇ ਆ 8.50 ਫੀਸ ਦੀ ਦਰ ਤੇ ਪੈਸੇ ਟਰਾਂਸਫਰ ਹੋ ਚੁੱਕੇ ਨੇ ਜਿਹੜੇ ਅਕਾਊਂਟਾਂ ਦੇ ਵਿੱਚ ਹੁਣ ਪੈਸੇ ਟਰਾਂਸਫਰ ਹੋ ਚੁੱਕੇ ਆ ਹੁਣ ਤੁਹਾਨੂੰ ਜਿਵੇਂ ਕਿ ਦੱਸ ਰਹੇ ਆ ਵੀ ਤੁਸੀਂ ਜਾ ਕੇ ਚੈੱਕ ਵੀ ਕਰ ਸਕਦੇ ਹੋ ਤੁਸੀਂ ਵੈਬ ਪੋਰਟਲ ਦੇ ਵਿੱਚ ਚੈੱਕ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਭ ਕੁਝ ਪਤਾ ਲੱਗ ਜਾਏਗਾ ਕਿ ਕਿਸ ਤਰੀਕੇ ਨਾਲ ਕਿੰਨੇ ਪੈਸੇ ਆਏ ਆ ਕਿੰਨੇ ਨਹੀਂ ਆਏ ਸਭ ਕੁਝ ਪਤਾ ਲੱਗ ਜਾਏਗਾ ਤਾਂ ਇਹ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਜੇ ਤੁਹਾਨੂੰ ਮੈਸੇਜ ਭੇਜਨੇ ਜਾਂ ਐਪਲੀਕੇਸ਼ਨ ਖੋਲ ਕੇ ਜਾਂ ਵੈਬਸਾਈਟ ਖੋਲ ਕੇ ਓខਾ ਕੰਮ ਲੱਗਦਾ ਕਿਉਂਕਿ ਕਈ ਗੱਲ ਕਰੀਏ ਭਾਰਤੀ ਸ਼ਲੋਕ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਇਹ ਸਭ ਕੁਝ ਲਾਂਚ ਥੋੜੀ ਜਿਹੀ ਔਕਾਈ ਹੁੰਦੀ ਆ ਤਾਂ ਤੁਸੀਂ ਸਿਰਫ 01122901406 ਤੇ ਕਾਲ ਕਰਨੀ ਆ ਤੇ ਤੁਹਾਨੂੰ ਰਿਵਰਟ ਆ ਜਾਏਗਾ ਤੁਹਾਡਾ EPF ਦਾ ਤੁਹਾਨੂੰ ਪਤਾ ਲੱਗ ਜਾਏਗਾ ਬੈਲੈਂਸ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡਾ ਬੈਲੈਂਸ ਕੀ ਆ ਉਸਦੇ ਤਾਂ ਤਿਹਤ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਹਾਂ ਤੁਹਾਡੇ ਬੈਂਕਾਂ ਵਿੱਚ ਪੈਸੇ ਜਿਹੜੇ ਨੇ ਆ ਚੁੱਕੇ ਹੋਏ ਨੇ ਜਾਂ ਨਹੀਂ ਆਏ ਤੇ ਜੇ ਤੁਸੀਂ ਮੈਸੇਜ ਭੇਜਣਾ ਚਾਹੁੰਦੇ ਹੋ ਤਾਂ ਮੈਸੇਜ ਤੁਸੀਂ 7738299899 ਤੇ ਤੁਸੀਂ ਸਿਰਫ ਮੈਸੇਜ ਭੇਜਣਾ ਨਾਲ ਆਪਣੀ ਭਾਸ਼ਾ ਲਿਖਣੀ ਆ ਕਿ ਕਿਸ ਤਰੀਕੇ ਨਾਲ ਤੁਸੀਂ ਅੰਗਰੇਜ਼ੀ ਚ ਜਾਂ ਹਿੰਦੀ ਚ ਜਿਹੜਾ ਰਿਵਰਟ ਜਾਣਨਾ ਚਾਹੁੰਦੇ ਹੋ ਉਸ ਤੇ ਨਾਲ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੇਗੀ ਅਤੇ ਤੁਸੀਂ ਵੈਬ ਪੋਰਟਲ ਤੇ ਵੀ ਜਾ ਕੇ ਤੁਸੀਂ ਸਰਚ ਆਊਟ ਕਰ ਸਕਦੇ ਹੋ ਵੈਬ ਪੋਰਟਲ ਤੇ ਵੀ ਸਰਚ ਕਰ ਸਕਦੇ ਹੋ ਐਪਲੀਕੇਸ਼ਨ ਤੇ ਵੀ ਐਪਲੀਕੇਸ਼ਨ ਵਿੱਚ ਜਿਵੇਂ ਤੁਹਾਨੂੰ ਦੱਸਿਆ ਉਸ ਤੇ ਵੀ ਤੁਸੀਂ ਸਰਚ ਕਰ ਸਕਦੇ ਹੋ ਉੱਥੇ ਦੇ ਵੀ ਜਾ ਕੇ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਜਾਏਗਾ ਜਿਹੜੀ ਐਪ ਹੈ ਈਪੀਐਫ ਪਰ ਤੁਸੀਂ ਕਲਿੱਕ ਕਰ ਸਕਦੇ ਹੋ ਜਿਹੜਾ ਬੈਲੈਂਸ ਹੈ ਉਸ ਤੇ ਚੈੱਕ ਹੋ ਜਾਏਗਾ EPF ਜਾ ਕੇ ਤੁਹਾਨੂੰ ਟੋਟਲੀ ਸਭ ਕੁਝ ਪਤਾ ਲੱਗ ਜਾਏਗਾ এমপ্লয়ੀ ਸੈਂਟਰ ਸਰਵਿਸ ਤੁਸੀਂ ਉਸ ਐਪ ਨੂੰ ਖੋਲੋਗੇ ਤਾਂ ਕਿ ਜਿਹੜੀ ਹੈ অপਸ਼ਨ ਹੈ ਆਏਗੀ এমপ্লয়ੀ ਸੈਂਟਰ ਸਰਵਿਸ ਉਸ ਤੋਂ ਬਾਅਦ ਵਿਊ ਪਾਸ ਬੁੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ ਤੁਹਾਡੇ ਅਕਾਊਂਟ 'ਚ ਜਿਹੜੇ ਪੈਸੇ ਨੇ ਉਹ ਆ ਚੁੱਕੇ ਹੋਏ ਆ ਕਿ ਨਹੀਂ ਆਏ ਪ੍ਰੋਪਰਲੀ ਜਾਣਕਾਰੀ ਮਿਲ ਜਾਏਗੀ ਪਰ ਸਰਕਾਰ ਨੇ ਸਭ ਤੋਂ ਵੱਡੀ ਗੱਲ ਹੈ ਬੈ ਚੋਰੀ 24 ਕਰੋੜ ਅਕਾਊਂਟਾਂ ਦੇ ਵਿੱਚ ਪੈਸੇ ਪਾ ਦਿੱਤੇ ਆ ਕਿ ਤੁਹਾਡਾ ਅਕਾਊਂਟ ਤਾਂ ਨਹੀਂ ਹੈ ਉਸ ਵਿੱਚ ਕਿ ਤੁਹਾਡਾ ਤਾਂ ਨਹੀਂ ਅਕਾਊਂਟ 24 ਕਰੋੜ ਜੇ ਅਕਾਊਂਟਾਂ ਵਿੱਚ ਪੈਸੇ ਪਾਏ ਜਾਂਦੇ ਕੋਈ 24 ਕਰੋੜ ਬਹੁਤ ਹੀ ਵੱਡਾ ਨੰਬਰ ਆ ਕੋਈ ਛੋਟਾ ਨੰਬਰ ਨਹੀਂ ਆ ਬਹੁਤ ਹੀ ਵੱਡਾ ਨੰਬਰ ਆ ਅਤੇ ਗੱਲ ਇਹ ਆਂਦੀ ਆ ਹੁਣ ਲੋਗ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਤੁਹਾਡੇ ਸਕਰੀਨ ਤੇ ਪੂਰੀ ਜਾਣਕਾਰੀ ਚੱਲ ਰਹੀ ਆ ਪ੍ਰੋਪਰਲੀ ਜਾਣਕਾਰੀ ਚੱਲ ਰਹੀ ਆ ਵੀ ਕਿਸ ਤਰੀਕੇ ਨਾਲ ਤੁਸੀਂ ਸਭ ਕੁਝ ਚੈੱਕ ਕਰ ਸਕਦੇ ਹੋ ਸੋ ਜਿਵੇਂ ਕਿ ਤੁਹਾਨੂੰ ਦੱਸ ਦਿੱਤਾ ਵੀ ਤੁਹਾਡੇ ਅਕਾਊਂਟਾਂ 'ਚ ਪੈਸੇ ਆ ਚੁੱਕੇ ਹੋਏ ਆ 24 ਕਰੋੜ ਅਕਾਊਂਟਾਂ ਦੇ ਵਿੱਚ ਪੈਸੇ ਆ ਚੁੱਕੇ ਹੋਏ ਨੇ ਕਿ ਤੁਹਾਡਾ ਅਕਾਊਂਟ ਹੈ ਕਿ ਨਹੀਂ ਹੈ ਤੁਸੀਂ ਇਸ ਦੇ ਵਿੱਚ ਚੈੱਕ ਕਰ ਸਕਦੇ ਹੋ ਸਕਰੀਨ ਤੇ ਸਾਰੀ ਜਾਣਕਾਰੀ ਚੱਲ ਰਹੀ ਆ ਚੈੱਕ ਕਰਨਾ ਬਹੁਤ ਹੀ ਜ਼ਿਆਦਾ ਸੌਖਾ ਹੈ ਤੁਹਾਨੂੰ ਇਹ ਮੈਸੇਜ ਵੀ ਤੁਹਾਡੇ ਜਿਵੇਂ ਤੁਹਾਨੂੰ ਕਿਹਾ ਵੀ ਕਮੈਂਟ ਰਾਈ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਕਮੈਂਟ ਰਾਈ ਵੀ ਸਾਡੇ ਨਾਲ ਜੁੜ ਸਕਦੇ ਹੋ ਤੇ ਸਾਨੂੰ ਦੱਸ ਸਕਦੇ ਹੋ ਵੀ ਹਾਂਜੀ ਤੁਹਾਡੇ ਤੁਹਾਡੇ ਕਮੈਂਟ ਵੀ ਅਸੀਂ ਦੇਖ ਲੈਨੇ ਆਂ ਵੀ ਹਾਂਜੀ ਤੇ ਤੁਹਾਡੇ ਅਕਾਊਂਟਾਂ ਦੇ ਵਿੱਚ ਪੈਸੇ ਆਏ ਕਿ ਨਹੀਂ ਆਏ ਤੇ ਇਹ ਵੀ ਤੁਹਾਨੂੰ ਦੱਸ ਦਈਏ ਈਪੀਐਫ ਦੇ ਤਹਿਤ ਇਹ ਪੈਸੇ ਜਿਹੜੇ ਨੇ ਆ ਚੁੱਕੇ ਨੇ ਅਤੇ 24 ਕਰੋੜ ਅਕਾਊਂਟਾਂ ਦੇ ਵਿੱਚ ਇਹ ਪੈਸੇ ਜਿਹੜੇ ਨੇ ਆ ਚੁੱਕੇ ਨੇ ਅਤੇ ਸਭ ਤੋਂ ਵੱਡੀ ਗੱਲ ਹੈ ਵਾ ਹੁਣੇ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਨੰਬਰ ਵੀ ਦੇਖ ਰਹੇ ਹੋ ਅਤੇ ਕਈ ਲੋਕ ਜਿਵੇਂ ਮੈਸੇਜ ਕਮੈਂਟ ਵੀ ਕਰ ਰਹੇ ਨੇ ਵੀ ਆ ਗਏ ਨੇ ਆ ਗਏ ਨੇ ਕਈ ਲੋਕ ਐ ਕਮੈਂਟ ਕਰ ਰਹੇ ਨੇ ਜਿਵੇਂ ਕਿ ਅਸੀਂ ਹੁਣ ਕਮੈਂਟ ਵੀ ਰੀਡ ਕਰ ਰਹੇ ਆ ਕਮੈਂਟ ਵੀ ਰੀਡ ਆਊਟ ਕਰ ਰਹੇ ਆ ਤਾਂ ਅੱਗੇ ਇਹ ਆਂਦਾ ਵੀ ਹਾਂਜੀ ਪੈਸੇ ਆ ਚੁੱਕੇ ਹੋਏ ਨੇ ਕਈਆਂ ਦੇ ਕਾਊਂਟਾਂ ਦੇ ਵਿੱਚ ਪੈਸੇ ਆ ਚੁੱਕੇ ਹੋਏ ਆ ਤੇ ਸਭ ਤੋਂ ਵੱਡੀ ਗੱਲ ਆ ਬਸ ਜ਼ਰੂਰ ਕਈ ਲੋਕ ਇਹ ਵੀ ਸੋਚਦੇ ਹੋਣਗੇ ਤਾਂ ਤੁਹਾਨੂੰ ਦੱਸ ਦਈਏ ਵੀ ਇਹ ਨਹੀਂ ਐ ਵੀ ਕਾਊਂਟਾਂ ਕਈ ਲੋਕ ਇਹ ਵੀ ਸ਼ਾਇਦ ਕਨਫਿਊਜ਼ ਹੋ ਗਏ ਹੋਣਗੇ ਵੀ ਇੱਕ ਅਕਾਊਂਟ 'ਚ ਸ਼ਾਇਦ 24 ਕਰੋੜ ਆ ਗਿਆ ਹੋਵੇ ਤਾਂ 24 ਕਰੋੜ ਕਾਊਂਟਾਂ ਦੇ ਵਿੱਚ ਪੈਸੇ ਆਏ ਨੇ ਜਿਨ੍ਹਾਂ ਦਾ ਪੀਐਫ ਕੱਟਦਾ ਸੀ ਜਿਨ੍ਹਾਂ ਦਾ ਪੀਐਫ ਕੱਟਦਾ ਸੀ ਜਿਹੜੇ ਕਿਸੇ ਵੀ ਸਰਕਾਰੀ ਅਦਾਰੇ ਅਧਾਰੇ 'ਚ ਜਾਂ ਪ੍ਰਾਈਵੇਟ ਅਦਾਰੇ 'ਚ ਕੰਮ ਕਰਦੇ ਸੀ ਉਹ ਪੀਐਫ ਜਿਹੜੇ ਕਟਾਉਂਦੇ ਸੀ ਉਸ ਦੇ ਤਹਿਤ 2020 ਅਤੇ 2021 ਦੇ ਵਿੱਚ ਜਿਹੜੇ ਜਿਨ੍ਹਾਂ ਦਾ ਪੀਐਫ ਬਾਕੀ ਸੀਗਾ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਹੁਣ ਪੈਸੇ ਆ ਚੁੱਕੇ ਹੋਏ ਆ ਤੇ ਜਾਣਕਾਰੀ ਵੀ ਉਹਨਾਂ ਨੂੰ ਪਤਾ ਲੱਗ ਸਕਦੀ ਹੈ ਤੁਹਾਨੂੰ ਜਿਹੜੇ ਸਕਰੀਨ ਤੇ ਨੰਬਰ ਇਸ ਸਮੇਂ ਸ਼ੋ ਹੋ ਰਹੇ ਨੇ ਇੱਕ ਵਾਰੀ ਫੇਰ ਤਾਂ ਨੰਬਰ ਦੱਸ ਦਿੰਦੇ ਆ ਵੀ ਕਿਸ ਤਰੀਕੇ ਨਾਲ ਤੁਸੀਂ ਮੈਸੇਜ ਭੇਜ ਸਕਦੇ ਹੋ ਤੁਸੀਂ ਐਸਐਮਐਸ ਦੇ ਰਾਹੀਂ ਅਤੇ ਆਪ ਪ੍ਰੋਪਰਲੀ ਸਟੇਟਸ ਜਾਣ ਸਕਦੇ ਹੋ ਤੁਸੀਂ ਐਸਐਮਐਸ ਜਿਹੜਾ ਭੇਜਣਾ ਉਹ ਨੰਬਰ ਤੇ ਭੇਜਣਾ ਸਕਰੀਨ ਤੇ ਵੀ ਉਹ ਚੱਲ ਰਿਹਾ 773809989 ਦੇ ਤਹਿਤ ਤੁਸੀਂ ਸਾਰੀ ਜਾਣਕਾਰੀ ਦੇ ਸਕਦੇ ਹੋ ਲੈ ਸਕਦੇ ਹੋ ਆਪਣੀ ਸਿਰਫ ਤੁਸੀਂ ਇਹਨਾਂ ਲਿਖਣਾ ਅੱਗੇ ਇੰਜੀ ਜਾਂ ਐਚਆਈਐਨ ਇਸ ਦੇ ਤਹਿਤ ਤੁਹਾਨੂੰ ਪ੍ਰੋਪਰਲੀ ਜਾਣਕਾਰੀ मिल ਜਵੇਗੀ ਵੀ ਪੈਸੇ ਆ ਚੁੱਕੇ ਹੈ ਜਾਂ ਆਣ ਵਾਲੇ ਆ ਪਰ ਹੁਣ ਸਰਕਾਰ ਨੇ ਵੱਡੀ ਗੱਲ ਕਹਿ ਦਿੱਤੀ ਹੈ ਵੀ 24 ਕਰੋੜ ਅਕਾਊਂਟਾਂ ਦੇ ਵਿੱਚ ਪੈਸੇ ਆ ਚੁੱਕੇ ਹੋਏ ਆ ਤੇ ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਕਾਲ ਕਰਨਾ ਕਈਆਂ ਨੂੰ ਕਾਫੀ ਸੋਖਾ ਲੱਗਦਾ ਤਾਂ 01122901406 ਦੇ ਤਹਿਤ ਤੁਸੀਂ ਕਾਲ ਕਰ ਸਕਦੇ ਹੋ ਅਤੇ ਕਾਲ ਤੋਂ ਬਾਅਦ ਤੁਹਾਨੂੰ ਰਿਵਰਟ ਹੋ ਜਾਏਗਾ ਤੁਹਾਨੂੰ ਰਿਵਰਟ ਇਹ ਆਏਗਾ ਵੀ ਹਾਂਜੀ ਪੈਸੇ ਜੇ ਆਏ ਨੇ ਤਾਂ ਵੀ ਰਿਵਰਟ ਆ ਜਾਏਗਾ ਜੇ ਨਹੀਂ ਆਏ ਤਾਂ ਮੇਰੇ ਵਰਤ ਆ ਗਿਆ ਗੱਲ ਕਰੀਏ ਤਾਂ ਕਾਫੀ ਲੋਕ ਇਸ ਸਮੇਂ ਗੱਲ ਕਰੀ ਕੰਪਨੀ ਸੱਚ ਕੰਮ ਕਰਦੇ ਨੇ ਕਾਫੀ ਲੋਕ ਇਸ ਸਮੇਂ ਕੰਪਨੀ ਸੱਚ EMPLOYEES ਨੇ ਤਾਂ ਉਹ ਆਪਣਾ PF ਅਕਸਰ ਕਟਾਂਦੇ ਰਹਿੰਦੇ ਆ ਵੀ PF ਕੰਡ ਕਟਾਂਦੇ ਰਹਿੰਦੇ ਆ ਵੀ ਉਹਨਾਂ ਨੂੰ ਬਾਅਦ ਚ ਜਦੋਂ ਅਮਾਉਂਟ ਸਾਰੀ ਇਕੱਠੀ ਹੋਏਗੀ ਉਦੋਂ ਉਹਨਾਂ ਨੂੰ ਇਹ ਮਿਲ ਸਕਦੀ ਆ ਸੋਸ ਦੇ ਤਹਿਤ ਅਕਾਊਂਟਾਂ ਦੇ ਵਿੱਚ ਉਹਨਾਂ ਦੇ ਪੈਸੇ ਆ ਚੁੱਕੇ ਹੋਏ ਤੇ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਸਰਚ ਆਊਟ ਵੀ ਕਰ ਸਕਦੇ ਹੋ EPF ਦੀ ਜਿਹੜੀ ਵੈਬਸਾਈਟ ਆ ਉੱਥੇ ਜਾ ਕੇ ਤੁਸੀਂ ਸਰਚ ਆਊਟ ਕਰ ਸਕਦੇ ਹੋ ਉੱਥੇ ਆਪਣੀ ਪਾਸਬੁੱਕ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਤੁਸੀਂ ਦੀ ਐਪ ਤੇ ਜਾ ਕੇ ਸਰਚ ਕਰ ਸਕਦੇ ਹੋ ਐਪ ਤੇ ਜਾ ਕੇ ਤੁਹਾਨੂੰ ਆਰਾਮ ਨਾਲ ਪਤਾ ਲੱਗ ਜੇਗਾ ਤੁਹਾਡੇ ਅਕਾਊਂਟਾਂ ਵਿੱਚ ਪੈਸੇ ਆ ਗਏ ਨੇ ਕਿ ਨਹੀਂ ਆਏ ਕਿੰਨੇ ਪੈਸੇ ਆਏ ਕਿੰਨੇ ਨਹੀਂ ਆਏ ਇਹ ਵੀ ਤੁਹਾਨੂੰ ਦੱਸਦੀ ਹੈ ਵੀ ਫੀਸ ਦੀ ਜਿਹੜਾ ਦਰ ਆ 8.50% ਦੀ ਦਰ ਆ ਉਸ ਦੇ ਤਹਿਤ ਹੀ ਪੈਸੇ ਆਣਗੇ ਮਤਲਬ ਤੁਹਾਡੀ ਪੇ ਵੀ ਪੇ ਦੇ ਅਕੋਰਡਿੰਗ ਹੀ ਤੁਹਾਨੂੰ ਪੈਸੇ ਮਿਲਣਗੇ ਸੋ ਸਭ ਤੋਂ ਵੱਡੀ ਖਬਰ ਇਸ ਸਮੇਂ ਦੀ ਇਹ ਹੀ ਆ ਵੀ 24 ਕਰੋੜ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਆ ਚੁੱਕੇ ਹੋਏ ਆ ਤੇ ਗੱਲ ਆਵਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਚੈੱਕ ਵੀ ਕਰਨਾ ਬਹੁਤ ਜ਼ਿਆਦਾ ਸੁੱਕਾ ਹੈ ਬਹੁਤ ਜ਼ਿਆਦਾ ਸੁੱਕਾ ਹੈ ਚੈੱਕ ਕਰ ਰਾ ਅਤੇ ਸਕਰੀਨ ਤੇ ਇਸ ਸਮੇ ਸਾਰੇ ਨੰਬਰ ਚੱਲ ਰਿਹਾ ਸਾਨੂੰ ਸਾਰਾ ਕੁਝ ਮੈਂਸ਼ਨ ਕਰ ਹੀ ਦਿੱਤਾ ਜਨ ਸਾਰਾ ਕੁਝ ਦੱਸ ਦਿੱਤਾ ਵੀ ਕਿੰਨਾ ਸੁੱਕੇ ਤਰੀਕੇ ਨਾਲ ਤੁਸੀਂ ਸਭ ਕੁਝ ਜੋ ਹੈ ਚੈੱਕ ਕਰ ਸਕਦੇ ਹੋ